ਇੱਕ ਗੱਲ ਕਿੰਨੇ ਦਿਨਾਂ ਦੀ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਸੀ। ਆਫਟਰ ਸਿੱਧੂ ਵੀਰੇ ਦੀ ਡੈਥ ਅਸੀਂ ਸਾਰੇ ਜਾਣੇ ਕਿੰਨੇ ਇਮੋਸ਼ਨਲ ਹੋ ਗਏ ਸੀ, ਤੁਹਾਨੂੰ ਪਤਾ ਹੀ ਆ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਵੀਰੇ ਉਹਨਾਂ ਦੇ ਘਰ ਦੇ ਹਾਲਾਤ, ਇੰਨਾ ਕੁਛ ਕਰਕੇ ਕਮਾ ਕੇ ਕੋਈ ਇੱਥੇ ਤੱਕ ਆ ਕੇ। ਤਾਂ ਮੈਂ ਇੱਕ ਗੱਲ ਸੋਚਦਾ ਪਿਆ ਸੀ ਕਿ ਜੇ ਸਾਡੀ ਇੰਡਸਟਰੀ 'ਚ ਏਕਤਾ ਹੋਵੇ ਨਾ, ਜੇ ਅਸੀਂ ਇੱਕ ਹੋਈਏ, ਤਾਂ ਸ਼ਾਇਦ ਮੇ ਬੀ ਉਹ ਦਿਨ ਨਾ ਆਉਂਦਾ। ਹੁਣ ਕਰਨ 'ਤੇ ਰੱਖ, ਮੈਨੂੰ ਪਤਾ ਲੋਕਾਂ ਨੇ ਉਂਗਲਾਂ ਤਾਂ ਲਾਉਣੀਆਂ ਨੇ, ਕਰਨ ਮੇਰਾ ਭਰਾ, ਮੈਨੂੰ ਨਹੀਂ ਪਤਾ ਤੂੰ ਛੋਟਾ ਜਾਂ ਵੱਡਾ, ਪਰ ਤੈਨੂੰ ਪਤਾ ਮੇਰਾ ਭਰਾ ਦੁਨੀਆ ਸਵਾਦ ਲੈਂਦੀ ਹੈ। ਕਿਸੇ ਨੇ ਗੱਲ ਨਹੀਂ ਬੋਲਣੀ ਮੋਹਰੇ ਆ ਕੇ, ਰਾਕਾ ਤੂੰ ਮੇਰਾ ਛੋਟਾ ਭਰਾ ਹੈ, ਹੁਣ ਆਇਆ ਇੰਡਸਟਰੀ 'ਚ, ਲੋਕਾਂ ਨੇ ਸਵਾਦ ਲੈਣਾ, ਤਾਂ ਮੇਰਾ ਭਰਾ ਇੱਕ ਰਹੋ, ਤੂੰ ਉਹਦੇ 'ਤੇ ਗਾਣਾ ਉਹਦੇ 'ਤੇ ਕੱਢ ਦੂਗਾ। ਇਹ ਦੁਨੀਆ ਇੰਜੋਏ ਕਰਨ ਆਈ ਹੈ, ਪਹਿਲਾਂ ਵੀ ਦੇਖ ਹੀ ਲਿਆ ਤੁਸੀਂ, ਫਿਰ ਕੀ ਹੋ ਗਿਆ? ਬਾਅਦ 'ਚੋਂ ਕੋਈ ਨਹੀਂ ਪੁੱਛਦਾ ਮੇਰਾ ਭਰਾ, ਆਪਣੇ ਕੰਮ 'ਤੇ ਫੋਕਸ ਕਰੋ ਮੇਰੇ ਭਰਾ। ਤੁਸੀਂ ਪੜ੍ਹੇ ਲਿਖੇ ਹੋ, ਵਧੀਆ ਫੈਮਿਲੀਜ਼ ਤੋਂ ਬਿਲੋਂਗ ਕਰਦੇ ਹੋ, ਕਰਨ ਮੇਰਾ ਭਰਾ ਤਾਂ ਦੁਨੀਆ ਘੁੰਮੀ ਆ, ਤੈਨੂੰ ਪਤਾ ਹੀ ਹੈ ਸਾਰਾ ਚੀਜ਼ਾਂ ਦਾ, ਮੇਰਾ ਕੋਈ ਫਾਇਦਾ ਨਹੀਂ ਇਹ 'ਚ, ਬਸ ਜਿਹੜੀ ਚੀਜ਼ ਮੈਨੂੰ ਲੱਗੀ ਬੋਲਣੀ ਚਾਹੀਦੀ ਆ ਉਹ ਮੈਂ ਬੋਲੀ ਆ ਮੇਰਾ ਵੀਰ। ਇੱਕ ਰਹੋ, ਏਕਤਾ ਰੱਖੋ, ਦੁੱਖ ਸੁੱਖ 'ਚ ਖੜੋ ਇੱਕ ਦੂਸਰੇ ਦੇ, ਬਾਕੀ ਚੜ੍ਹਦੀ ਕਲਾ 'ਚ ਕਿ ਸਾਰੇ ਸਿਆਣੇ ਹੋ ਤੁਸੀਂ।